ਪੰਜਾਬ ਵਿੱਚ ਸ਼ਿਵ ਸੈਨਾ ਆਗੂ ਨੇ ਘੜੀ ਇੱਕ ਵੱਡੀ ਸਾਜ਼ਿਸ਼। ਪੰਜਾਬ ਦੇ ਵਿੱਚ ਅੱਜ ਕੱਲ ਆਪ ਮੁਹਾਰੇ ਲੀਡਰਾਂ ਵੱਲੋਂ ਆਪਣੀ ਝੂਠੀ ਸ਼ਾਨ ਵਧਾਉਣ ਦੇ ਲਈ ਸਿਕਿਉਰਿਟੀ ਰੱਖਣ ਦਾ ਵੀ ਇੱਕ ਨਵਾਂ ਟ੍ਰੈਂਡ ਚੱਲਿਆ ਹੈ ਅਤੇ ਉਸ ਤੋਂ ਵੀ ਅੱਗੇ ਟ੍ਰੈਂਡਿੰਗ ਦੇ ਵਿੱਚ ਹੈ। ਸਿਕਿਉਰਿਟੀ ਲੈਣ ਦੇ ਲਈ ਇਹਨਾਂ ਵੱਲੋਂ ਹੀ ਰਚੀਆਂ ਜਾਣ ਵਾਲੀਆਂ ਸਾਜ਼ਿਸ਼ਾਂ। ਪਹਿਲਾਂ ਸਾਜ਼ਿਸ਼ ਅਤੇ ਫਿਰ ਪੁਲਿਸ ਤਸ਼ੱਦਦ ਦਾ ਸ਼ਿਕਾਰ ਹੋਇਆ ਇੱਕ ਪੁਲਿਸ ਮੁਲਾਜ਼ਮ ਦਾ ਬੇਟਾ। ਨੌਜਵਾਨ ਇਕਬਾਲ ਪ੍ਰੀਤ ਸਿੰਘ ਹੈ ਜਿਹੜਾ, ਉਹਨੂੰ ਝੂਠਾ ਫਸਾਇਆ ਗਿਆ ਇਸ ਕੇਸ, ਉਹਦਾ ਰਿਮਾਂਡ ਲਿੱਤਾ ਗਿਆ, ਉਹਨੂੰ ਪ੍ਰਾਈਵੇਟ ਪਾਰਟਸ 'ਤੇ ਵੀ ਕਰੰਟ ਲਗਾਇਆ ਗਿਆ, ਉਹਨੂੰ ਮੈਂਟਲੀ ਟੋਰਚਰ ਕੀਤਾ ਗਿਆ, ਜਿੱਥੋਂ ਤੱਕ ਕਿ ਉਹਦੇ ਪੇਰੈਂਟਸ ਨੂੰ ਵੀ ਇਹ ਦਾਅਵਾ ਕੀਤਾ ਗਿਆ ਅਸੀਂ ਤੁਹਾਨੂੰ ਵੀ ਝੂਠੇ ਕੇਸ 'ਚ ਫਸਾਵਾਂਗੇ। ਤੁਸੀਂ ਇਹਦੇ ਉੱਤੇ ਕਰੰਟ ਲਾਇਆ ਨਾ, ਅਤੇ ਉਸ ਤੋਂ ਬਾਅਦ ਉਹਨਾਂ ਨੇ ਫਿਰ ਰਿਮਾਂਡ ਮਿਲੇ, ਰਿਮਾਂਡ 'ਚ ਉਹਨਾਂ ਨੇ ਦੋਹਿਆ ਵੀ ਇਹਦੇ ਖਾਲਿਸਤਾਨ ਨਾਲ ਲਿੰਕ ਨੇ ਅਤੇ ਇਹਨੂੰ ਫੰਡਿੰਗ ਹੁੰਦੀ ਆ ਅਤੇ ਮਤਲਬ ਸ਼ਹਿਰ ਦੇ ਵਿੱਚ ਸ਼ਿਵ ਸੈਨਾ ਆਗੂਆਂ 'ਤੇ ਗੋਲੀਆਂ ਚਲਾਉਂਦੇ। ਦੇਖੋ ਕਿਵੇਂ ਇੱਕ ਸ਼ਿਕਾਇਤਕਰਤਾ ਹੀ ਨਿਕਲਿਆ ਪੂਰੀ ਵਾਰਦਾਤ ਦਾ ਮਾਸਟਰ ਮਾਈਂਡ। ਪੰਜਾਬ ਦੇ ਵਿੱਚ ਅੱਜ ਕੱਲ੍ਹ ਆਪ ਮੁਹਾਰੇ ਲੀਡਰਾਂ ਵੱਲੋਂ ਆਪਣੀ ਝੂਠੀ ਸ਼ਾਨ ਵਧਾਉਣ ਦੇ ਲਈ ਸਿਕਿਉਰਿਟੀ ਰੱਖਣ ਦਾ ਵੀ ਇੱਕ ਨਵਾਂ ਟ੍ਰੈਂਡ ਚੱਲਿਆ ਹੈ ਅਤੇ ਉਸ ਤੋਂ ਵੀ ਅੱਗੇ ਟ੍ਰੈਂਡਿੰਗ ਦੇ ਵਿੱਚ ਹੈ। ਸਿਕਿਉਰਿਟੀ ਲੈਣ ਦੇ ਲਈ ਇਹਨਾਂ ਵੱਲੋਂ ਹੀ ਰਚੀਆਂ ਜਾਣ ਵਾਲੀਆਂ ਸਾਜ਼ਿਸ਼ਾਂ। ਦ ਖਬਰਸਰ ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ, ਮੈਂ ਹਾਂ ਤੁਹਾਡੇ ਨਾਲ ਠਾਕੁਰ ਅਮਨਦੀਪ ਸਿੰਘ। ਸਿਰਫ ਇੰਨਾ ਹੀ ਨਹੀਂ ਸਗੋਂ ਝੂਠੇ ਹਮਲੇ ਆਪਣੇ ਆਪ 'ਤੇ ਕਰਵਾਉਣਾ ਅਤੇ ਬੇਕਸੂਰ ਨੌਜਵਾਨਾਂ ਨੂੰ ਫਸਾਉਣਾ ਵੀ ਇਸ ਪੂਰੀ ਸਾਜ਼ਿਸ਼ ਦਾ ਹਿੱਸਾ ਕਈ ਵਾਰ ਬਣ ਜਾਂਦਾ ਹੈ। ਸਾਡੇ ਨਾਲ ਇਸ ਵੇਲੇ ਮੌਜੂਦ ਨੇ ਐਡਵੋਕੇਟ ਰਮਨਦੀਪ ਸਿੰਘ ਗਿੱਲ, ਗੱਲਬਾਤ ਕਰਾਂਗੇ ਕਿਉਂਕਿ ਅਜਿਹਾ ਹੀ ਇੱਕ ਵਾਕਾ ਇਹਨਾਂ ਦੇ ਇੱਕ ਕਲਾਇੰਟ ਦੇ ਨਾਲ ਹੋ ਚੁੱਕਾ ਹੈ ਜਿਸ ਨੂੰ ਇਹਨਾਂ ਵੱਲੋਂ ਮਾਣਯੋਗ ਹਾਈਕੋਰਟ ਤੋਂ ਰਾਹਤ ਵੀ ਦਵਾਈ ਗਈ ਸੀ। ਰਮਨਦੀਪ ਜੀ, ਕੀ ਜੇ ਮੈਂ ਗਲਤ ਨਹੀਂ, ਇਹ ਉਹੀ ਆਪ ਮੁਹਾਰਾ ਲੀਡਰ ਹੈ ਜੋ ਹੁਣ ਖੰਨਾ ਪੁਲਿਸ ਵੱਲੋਂ ਫੜਿਆ ਗਿਆ? ਜੀ ਹਾਂਜੀ, ਇਹ ਉਹੀ ਮਾਮਲਾ ਹੈ ਜਿਹਦੇ ਵਿੱਚ ਇੱਕ ਮਹੰਤ ਨੇ, ਜਿਹੜੇ ਕਸ਼ਮੀਰਗਿਰੀ ਸ਼ਿਵ ਸੈਨਾ ਦੇ ਆਗੂ ਦੱਸਦੇ ਨੇ ਆਪਣੇ ਆਪ ਨੂੰ, ਅਤੇ ਦਾਅਵਾ ਕਰਦੇ ਸੀ ਕਿ ਸਾਡੇ 'ਤੇ ਨੌ ਮਾਰਚ ਨੂੰ 2020 ਨੂੰ ਪਿਛਲੇ ਸਾਲ ਜਦੋਂ ਪ੍ਰਾਇਰ ਟੂ ਲੋਕਡਾਊਨ ਇਹਨਾਂ 'ਤੇ ਇੱਕ ਫਾਇਰਿੰਗ ਹੁੰਦੀ ਹੈ ਅਤੇ ਉਹ ਫਾਇਰਿੰਗ ਦਾ ਜਿਹੜਾ ਇਲਜ਼ਾਮ ਹੈ ਉਹ ਇੱਕ ਇਕਬਾਲ ਪ੍ਰੀਤ ਸਿੰਘ ਲੜਕੇ 'ਤੇ ਲੱਗਦਾ ਹੈ। ਇਹਨਾਂ ਵੱਲੋਂ ਜਿਹੜੀ ਕੰਪਲੇਂਟ ਦਾਇਰ ਕੀਤੀ ਗਈ ਸੀ ਉਹਦੇ ਵਿੱਚ ਲਿਖਿਆ ਗਿਆ ਸੀ ਕਿ ਇਹ ਸਵੇਰੇ ਉੱਠ ਕੇ ਜਦੋਂ ਮੰਦਿਰ ਗਏ ਨੇ, ਔਰ ਇਹ ਵੀ ਗੱਲ ਦਾ ਕੋਈ ਸ਼ੱਕ ਨਹੀਂ, ਇਸ 'ਚ ਕੋਈ ਸ਼ੱਕ ਨਹੀਂ ਕਿ ਇਹਨਾਂ ਕੋਲ ਉਸ ਟਾਈਮ ਵੀ ਗਨਮੈਨ ਬਤੌਰ ਸੀਗੇ ਲੱਗੇ ਹੋਏ, ਜਿਹੜੇ ਗਨਮੈਨ ਸੀ ਉਹ ਇਹਨਾਂ ਦੇ ਨਾਲ ਮੰਦਿਰ ਤੋਂ ਵਾਪਸ ਨਹੀਂ ਆਉਂਦੇ, ਇਹ ਵੀ ਬੜਾ ਸ਼ੱਕ ਦਾ ਆਧਾਰ ਬਣ ਜਾਂਦਾ। ਅਤੇ ਜਦੋਂ ਇਹਨਾਂ 'ਤੇ ਫਾਇਰਿੰਗ ਹੁੰਦੀ ਹੈ ਉਦੋਂ ਗਨਮੈਨ ਕੋਈ ਵੀ ਮੌਜੂਦ ਨਹੀਂ ਸੀ ਇਹਨਾਂ ਦੇ ਨਾਲ, ਅਤੇ ਦੋ ਨੌਜਵਾਨ ਆ ਜਿਹੜੇ ਚਾਲਕ ਨੇ ਉਹ ਪਿਸਟਲ ਨਾਲ ਫਾਇਰਿੰਗ ਕਰਕੇ ਇਹਨਾਂ ਦੇ ਘਰ ਦੇ ਬਾਹਰ ਜਿਹੜਾ ਕੈਮਰਾ ਲੱਗਿਆ ਉਹਦੇ ਵਿੱਚ ਸੀਸੀਟੀਵੀ ਫੁਟੇਜ ਵੀ ਜਿਹੜੀ ਹੈਗੀ ਉਹ ਕਵਰ ਕੀਤੀ ਗਈ। ਉਸ ਤੋਂ ਬਾਅਦ 3 ਜੂਨ ਦੀ ਗੱਲ ਹੈ, 3 ਮਹੀਨੇ ਬਾਅਦ ਇਕਬਾਲਪ੍ਰੀਤ ਸਿੰਘ ਲੜਕੇ ਨੂੰ ਪੁਲਿਸ ਅਰੈਸਟ ਕਰਦੀ ਹੈ। 4 ਤਰੀਕ ਨੂੰ ਕੀ ਕਰਦੇ ਹਾਂ ਅਸੀਂ, ਮਾਨਯੋਗ ਹਾਈਕੋਰਟ ਦਾ ਦਰਵਾਜ਼ਾ ਖਟਕਾਉਂਦੇ ਹਾਂ, ਉਹਦੇ ਮਦਰ ਪਰਮਿੰਦਰ ਕੌਰ ਵੱਲੋਂ ਹਾਈਕੋਰਟ ਹੈਬੀਅਸ ਕਾਰਪਸ ਰਿਟ ਫਾਈਲ ਕੀਤੀ ਜਾਂਦੀ ਹੈ, ਜਿਹਦੇ 'ਚ ਉਸ ਤੋਂ ਬਾਅਦ ਜਿਹੜੀ ਹੈ FIR ਲੌਜ ਹੋ ਜਾਂਦੀ ਹੈ ਲੜਕੇ ਦੇ ਉੱਤੇ, ਉਹਨੂੰ ਜੁਡੀਸ਼ੀਅਲ ਮੈਜਿਸਟ੍ਰੇਟ ਦੇ ਅੱਗੇ ਪੇਸ਼ ਕੀਤਾ ਜਾਂਦਾ ਹੈ। ਨਹੀਂ, ਉਸ ਨੌਜਵਾਨ 'ਤੇ ਜਦੋਂ FIR ਪਾਈ ਗਈ, FIR 'ਚ ਉਹਦਾ ਨਾਮ ਪਾਇਆ ਗਿਆ, CCTV ਦੀ ਫੁਟੇਜ ਦੇ ਵਿੱਚ ਜਿਹੜੇ 2 ਬਦਮਾਸ਼ ਨਕਾਬਪੋਸ਼ ਸੀ ਜਾਂ ਨਹੀਂ ਸੀ ਜਿਨ੍ਹਾਂ ਨੇ ਫਾਇਰਿੰਗ ਕੀਤੀ ਹੈ, ਕੀ ਉਹਨਾਂ ਦਾ ਡੀਨਡੋਲ ਫਿਜ਼ੀਕ ਵਗੈਰਾ, ਤੁਰਨ ਦਾ ਢੰਗ, ਇਹ ਸਭ ਕੁਝ ਮੈਚ ਕੀਤਾ ਗਿਆ ਜਾਂ ਨਹੀਂ? ਬਿਲਕੁਲ ਕੁਛ ਵੀ ਨਹੀਂ ਮੈਚ ਕੀਤਾ ਗਿਆ, ਇਹਦੇ ਬਾਰੇ ਕੋਈ ਵੀ ਇਨਕੁਆਇਰੀ ਨਹੀਂ ਕੀਤੀ ਗਈ, ਨਾ ਹੀ ਕੋਈ ਇਨਵੈਸਟੀਗੇਸ਼ਨ ਕੀਤੀ ਗਈ ਪੁਲਿਸ ਦੇ ਦੌਰਾਨ। ਜਦੋਂ ਪੁਲਿਸ ਨੂੰ ਇਹ ਸਮਝ ਲੱਗ ਗਈ ਕਿ ਇਹਦੇ ਵਿੱਚ ਕੋਈ ਵੀ ਅਰੈਸਟ ਨਹੀਂ ਕੀਤਾ ਜਾ ਰਿਹਾ, ਤਾਂ ਇੱਕ ਲੜਕੇ ਨੂੰ, ਨੌਜਵਾਨ ਇਕਬਾਲਪ੍ਰੀਤ ਸਿੰਘ ਹੈ ਜਿਹੜਾ, ਉਹਨੂੰ ਝੂਠਾ ਫਸਾਇਆ ਗਿਆ ਇਸ ਕੇਸ 'ਚ, ਉਹਦਾ ਰਿਮਾਂਡ ਲਿੱਤਾ ਗਿਆ, ਉਹਨੂੰ ਪ੍ਰਾਈਵੇਟ ਪਾਰਟਸ 'ਤੇ ਵੀ ਕਰੰਟ ਲਗਾਇਆ ਗਿਆ, ਉਹਨੂੰ ਮੈਂਟਲੀ ਟੋਰਚਰ ਕੀਤਾ ਗਿਆ, ਜਿੱਥੋਂ ਤੱਕ ਕਿ ਉਹਦੇ ਪੇਰੈਂਟਸ ਨੂੰ ਵੀ ਇਹ ਦਾਅਵਾ ਕੀਤਾ ਗਿਆ ਅਸੀਂ ਤੁਹਾਨੂੰ ਵੀ ਝੂਠੇ ਕੇਸ 'ਚ ਫਸਾਵਾਂਗੇ। ਅਤੇ ਨਾਲੇ ਮੈਂ ਇੱਥੇ ਦੱਸਣਾ ਚਾਹਾਂਗਾ, ਜੇਕਰ ਮੈਂ ਗਲਤ ਨਹੀਂ, ਰਮਨਦੀਪ ਜੀ ਮੈਨੂੰ ਟੋਕਣਗੇ, ਉਹ ਨੌਜਵਾਨ ਖੁਦ ਇੱਕ ਪੁਲਿਸ ਮੁਲਾਜ਼ਮ ਦਾ ਬੇਟਾ ਹੈ, ਮੈਂ ਗਲਤ ਹਾਂ ਸਹੀ ਹੈ? ਨਹੀਂ, ਬਿਲਕੁਲ ਸਹੀ ਹੈ, ਉਹ ਪੁਲਿਸ ਮੁਲਾਜ਼ਮ ਦੇ ਹੀ ਬੇਟੇ ਨੇ। ਅੱਛਾ, ਫਿਰ ਜਦੋਂ ਉਸ ਮੁੰਡੇ ਦੇ ਇੰਨਾ ਤਸ਼ੱਦਦ ਹੋਇਆ, ਉਸ ਤੋਂ ਬਾਅਦ ਉਸ ਕਹਾਣੀ ਦਾ ਕੁਛ ਨਿਕਲਿਆ ਵੀ ਕਿ ਨਹੀਂ? ਕਹਾਣੀ ਦਾ ਕੀ ਨਿਕਲਿਆ ਜੀ, 10 ਦਿਨ ਦਾ ਰਿਮਾਂਡ ਲੈਣ ਤੋਂ ਬਾਅਦ ਪੁਲਿਸ ਨੇ ਵਾਰ-ਵਾਰ ਐਪਲੀਕੇਸ਼ਨ ਦਾਇਰ ਕੀਤੀ, ਪਹਿਲਾਂ 5 ਦਿਨ ਦੇ ਰਿਮਾਂਡ ਲਈ ਕੀਤੀ, ਫਿਰ 7 ਦਿਨ ਦੇ ਰਿਮਾਂਡ ਲਈ ਕੀਤੀ, ਲੇਕਿਨ ਕੋਰਟ ਨੇ ਇੱਕ ਆਪਣਾ ਸਟੈਂਡ ਉਹਨਾਂ ਨੂੰ ਦਿੱਤਾ ਕਿ ਜੇ ਤੁਸੀਂ ਵਾਕਈ ਇਹਦੀ ਰਿਕਵਰੀ ਕੋਈ ਫੈਕਟ ਜਿਹੜੀ ਇਹ ਕਨਫੈਸ ਕਰਦਾ ਲੜਕਾ ਵੀ, ਇੱਕ ਪਿਸਟਲ ਹੈ ਅਤੇ 20 ਜ਼ਿੰਦਾ ਕਾਰਤੂਸ ਹੈ ਇਹਦੇ ਕੋਲੇ, ਜਿਹੜੇ ਕਿ ਪੁਲਿਸ ਨੇ ਕਨਫੈਸ ਕਰਾਏ ਆਪਣੀ ਕਸਟਡੀ ਦੇ ਵਿੱਚ, ਪੁਲਿਸ ਕਸਟਡੀ ਦੇ ਵਿੱਚ, ਉਹਦੇ ਵਿੱਚ ਪੁਲਿਸ ਵੱਲੋਂ ਇਹ ਕਿਹਾ ਗਿਆ ਕਿ ਇਹ ਲੜਕਾ ਕਨਫੈਸ ਕਰ ਰਿਹਾ ਕਿ ਇੱਕ UP ਇੱਕ ਪਿਸਟਲ ਦਬਾਇਆ ਗਿਆ ਹੈ ਕਿਤੇ ਕਿਸੇ ਦੀ ਫਰੈਂਡ ਦੀ, ਹਰਸਿਮਰਨ ਨਾਮ ਦੇ ਲੜਕੇ ਦੀ ਮੋਟਰ 'ਤੇ, ਉਹਦੇ ਨਾਲ ਕਿ ਇੱਕ ਪਰਮਜੀਤ ਸਿੰਘ ਖਾਲਿਸਤਾਨੀ ਕੋਈ ਲੜਕਾ ਹੈ ਉਹ ਵੀ ਜੁੜਿਆ ਹੋਇਆ ਇਹਦੇ ਨਾਲ,
तो इतों की पुलिस जी है वह जो एप्लीकेशन दायर करती है फरदर रिमांड लिए कोर्ट उन्होंने ऑर्डर करती है कि या तो इन्हों तुरंत यूपी ले जाया जाए रिकवरी इफेक्ट कराई जाए या फिर इन्हों कल मानयोग अदालत में दोबारा पेश करके इन्हों जुडिशियल कस्टडी के भेज दिता जाए। फिर यूपी भेजे कि नहीं? यूपी जो पुलिस का दावा से झूठा निकलिया, ना ही यूपी लेके गए, वो खन्ना तो सीधा मोहाली वह मेडिकल कराने गए, जबकि मै मोहाली आने की कोई गल ही नहीं बनती सी। अगले दिन जब वापसी उन्होंने दोबारा पेश किया गया तो इन्नी जी डी डी आर उत्थे लॉज की गई, उत्थे कोई भी इकबालप्रीत सिंह ना नाम पुलिस ने माणयोग अदालत में दसिया कि असं यूपी लैके गए हैं। बिल्कुल दसिया है। तो किन्ने घंटे वापस आ गए से? यह वापस कुछ 8-9 घंटे वापसी की गल कर। वाह जी वाह। दिल यूपी के इलाके सहारनपुर के इलाके गल करते खन्ने तो सहारनपुर 8-9 घंटे बंदा मुड़ भी आया, जहाज में गए से? बिल्कुल, यही तो शक के आधार से SSP ने इनकुआरी मार्क की गई जुडिशियल मजिस्ट्रेट वालों, तो उन्होंने कहा गया जेडे भी एयरिंग ऑफिसर है उन्होंने खिलाफ़ कार्रवाई की जाए। अच्छा एक बार असी दर्शकों नू उस मुंडे दी ते उन्हां दी माता जी ते हड्ड बीती जरूर सुनावांगे जदों उस मुंडे दा परचे विच नाम आया, क्योंकि वह खुद एक पुलिस मुलाजम का बेटा है। उस तो बाद उसके माता जी ने की कुछ कहा, तुसीं एक बार वह भी जरूर सुनो। और वह भी सी पंजाब दे विच जदों पुलिस झूठे मुकाबले भी ते झूठे मामले भी बनाउंदी सी, पर यह कम अज भी बदस्तूर जारी है। तुहानू अज एक झूठे मामले का सच दसांगे। तो खबरसार चैनल देख रहे सारे ही दर्शकों का स्वागत है, मैं हाँ थोड़े नाल ठाकुर अमनदीप सिंह। सब तो पहला तस्वीर उस माँ की जिस दे बेटे नू या उस दे बेटे दे नाम नू अतवादियों दे नाल जोड़िया गया। अगली तस्वीर उस नौजवान की जिस दे सिर ते यह तोहमत लाई गई कि यह अतवादियों दे नाल जुड़िया है। तो तीजी तस्वीर कानून दे उस रखवाले की जिसने केस की पैरवाई की ते साबित किया कि मुंडा बिल्कुल बेकसूर है, ते पुलिस वालों वधीकी की जा रही है। सब तो पहला नौजवान के नाल गल करांगे, पूछांगे कि आखिर मामला की है। भाई तुहाडा नाम की है? इकबालप्रीत सिंह। इकबाल जी दसो कि तुहानूं पुलिस ने चुकिया, जिवें साडी पहलां भी गल होई सी एडवोकेट साहब दे नाल, मामला की सी, कदों चुकिया, तुहानूं पता सी भी तुहानूं क्यों फड़िया जा रहा है? नहीं, मैनूं बिल्कुल नहीं पता सीगा जी, घरों लैके गए ने ते 15-16 गड्डियां च आए ने ते पूरे पिंड नूं घेरा पा के उस तों बाद मैनूं लैके गए ने। तो मैंने बिल्कुल दसिया नहीं गा जी, मैंने रात में जाके भी नहीं दसिया। मैंने कहने तेनू पता भी तेन क्यों लैके गए हैं? कि तरीक की गल हैगी है, कि बजे का समा सी? शाम का टाइम सी जी, मतलब 3 तरीक सी, 3 जून, तो शाम 5 बजे का टाइम सी। जो तुम लैन आए कि जने से कहा, जिमें कहा कि वह कहें तेन पता है तेन क्यों चुक रहे हैं, तुम्हें पता अं क्यों चुक रहे हैं? बिल्कुल नहीं, बुलेट प्रूफ गड्डिया च लैके आ गए हैं जी, तो साल्टां लेके आए थे जी, वो मतलब इंटैलीजेंसी दस रहे थे भी इंटैलीजेंस स्पैशल एनकाउंटर इंटैलीजेंसी सी, तो उन्होंने उत्थे जाके भी नहीं मैंने दसिया। रात को अगले दिन मैंने दसिया भी तेन तू खालिस्तान का बंदा तो तू अतवादी है, तो तेन लैके तुहाडा नाम खालिस्तान या खालिस्तान के जिहड़े ग्रुप ने उन्होंने जुड़िया गया? हाँ जी, अतवादी घोषित किया, तुहानू अतवादी घोषित किया गया। कोई सबूत मिले फिर पुलिस वाले तुहाडा फिर रिमांड लिया कि कुछ तसीहे तुहानू दिते गए? रिमांड तो पहले 3 दिन पहले ही वो तसीहे दते, करंट लाया है ना, तो उस तो बाद उन्होंने फिर रिमांड मिले जी। रिमांड च उन्होंने तो यह भी ये खालिस्तान नाल लिंक ने, तो इन फंडिंग होंगी है, तो मतलब शहर के शिवसेना आगुआ के गोलियां चला फंडिंग कोई पुलिस वाले मिली लभी कोई उन्होंने लभी फंडिंग हो कितों रही? कोई सबूत नहीं मिले जी, बे वो कहें असं बाद चो मैं आप गया कहते रिमांड लैन लिये पुलिस बहुत कुछ लिख दी होंगी, तो सब बिल्कुल नजायज़ किया जी, कोई सबूत नहीं मिले, कोई मतलब गवाह भी नहीं कोई। अच्छा जो तुम्हें घरों चुके है तुम सब तो पहले लैके कितने गए तो की कुछ थोड़े नाल होया दसो? मोहाली लैके गई एक फेस, जो मैं घरों लैके गए तो घरद्या ने पूरे पिंड ने बचाने की कोशिश भी की है ना, तो उस तो बाद जो धक्का मुक्की चल गए तो उस तो बाद हटे ही नहीं, मतलब वो कहते लैके ही जाना, तो पिंड च डराता सबनों भी ये तो अतवादियों ने बहुत कतल किए, तो उस तो बाद मतलब एक फेस मोहाली लैके गए इंटैलीजेंस, तो उस तो बाद रात को फिर 1 बजे खन्ने लिया जी उसी दिन। हाँ जी उसी रात को जी, तो उसी रात में जो मोहाली लैके आए उदों तुहाडे नाल कुटमार हुई? हाँ जी, उत्थे मोहाली भी की, फिर उस तो बाद खन्ने इन्होंने रात को छड्ड के तो सवेरे सी आई लै गए खन्ने, तो उत्थे बहुत ज़्यादा करंट लाया इंटैलीजेंसी वाले आए थे जी आप। हाँ जी माता जी ने गल करांगे, माता जी जदों घर पुलिस आई जिमें इन्होंने भी दसिया इकबाल ने कि घेरा पा लिया पूरे पिंड नूं, घर बहुत पुलिस वाले आए, बुलेट प्रूफ गड्डियां सी, एक माँ के दिल से की बीती जदों घर पुलिस वाले आए?
ਤੁਹਾਨੂੰ ਪਤਾ ਹੀ ਆ ਜਦੋਂ ਕੋਈ ਅਚਾਨਕ ਹੀ ਆਪਣੇ ਘਰ ਪੁਲਿਸ ਆ ਜਾਵੇ ਤਾਂ ਉਹ ਕਿਸ ਤਰ੍ਹਾਂ ਦਾ ਹਾਲ ਹੁੰਦਾ, ਨਾ ਅਸੀਂ ਮਰਨ ਜੋਗੇ ਸੀ ਨਾ ਅਸੀਂ ਜੀਣ ਜੋਗੇ ਸੀ, ਕਿਉਂ ਮੇਰਾ ਬੇਟਾ ਉਹਨਾਂ ਨੇ 4-5 ਜਣੇ ਤਾਂ ਲੱਗੇ ਹੋਏ ਸੀ ਇਹਨੂੰ ਫੜਨ ਵਾਸਤੇ, ਫੜੀ ਐਂ ਖੜੇ ਸੀ ਜਦੋਂ ਅਸੀਂ ਗਏ, ਰੌਲਾ ਪੈ ਰਿਹਾ ਸੀ ਬਹੁਤ, ਇਹਨੇ ਕਿਹਾ ਵੀ ਮੈਂ ਇਹਨੂੰ ਨਜਾਇਜ਼, ਮੈਂ ਕੁਛ ਨਹੀਂ ਕੀਤਾ, ਮੈਨੂੰ ਉਰੀ ਦੱਸੋ ਮੈਂ ਕਿਆ ਕਰਕੇ ਕੀ ਕਰਿਆ, ਮੈਂ ਕਿਆ ਕਰਨਾ ਸੀ, ਅਸੀਂ ਬਾਹਲੀ ਧੱਕਾ ਮੁੱਕੀ ਸਾਡੇ ਨਾਲ ਵਾਧੂ ਕੀਤੀ ਅਸੀਂ, ਅਤੇ ਬੱਚਾ ਤਾਂ ਚੱਲ ਲੈ ਲਿਆ ਪਰ ਗਏ ਪਰ ਬਾਹਰ ਹੀ ਖੜੇ ਰਹੇ ਗੇਟ 'ਤੇ ਵੀ ਜਦੋਂ ਜਦੋਂ ਨਿਕਲੋਗੇ ਜਦੋਂ ਚੱਕ ਲਾਂਗੇ, ਫਿਰ ਲਿਜਾਣਾ ਤਾਂ ਜ਼ਰੂਰ ਹੈ, ਫਿਰ ਹਟੇ ਨਹੀਂ ਲੈ ਕੇ ਤਾਂ ਗਏ ਫਿਰ। ਤੁਸੀਂ ਜਾਂ ਪਿੰਡ ਵਾਲਿਆਂ ਨੇ ਕੋਸ਼ਿਸ਼ ਨਹੀਂ ਕੀਤੀ ਵੀ ਹਾਂ ਦੱਸਿਆ ਜਾਵੇ ਮੁੰਡਾ ਕਿੱਦਾਂ ਦਾ ਹੈਗਾ ਹੈ ਜਾਂ ਮੁੰਡੇ ਦਾ ਵਿਵਹਾਰ ਕਿੱਦਾਂ ਦਾ ਹੈ? ਹਾਂਜੀ, ਪਿੰਡ ਵਾਲੇ ਆਏ, ਆਂਢ ਗੁਆਂਢ ਸਾਰਾ ਆਇਆ, ਸਰਪੰਚ ਵੀ ਬੁਲਾਇਆ ਗਿਆ, ਸਰਪੰਚ ਨੂੰ ਕਿਹਾ ਵੀ 6 ਮਹੀਨੇ ਹੋ ਗਏ ਬੱਚਾ ਇੱਕ ਅੱਜ ਤੱਕ ਬਾਹਰ ਕਦੇ ਗੇਟ ਤੋਂ ਬਾਹਰ ਨਹੀਂ ਗਿਆ, ਵੀ ਨਾ ਕੋਈ ਆਉਂਦਾ ਸੀ ਨਾ ਕੋਈ ਇਹਦੇ ਕੋਲ ਜਾਂਦਾ ਸੀ, ਆਪਣਾ ਸਿਰਫ ਕੰਮ ਤੱਕ ਮਤਲਬ ਸੀਗਾ, ਅਤੇ ਉਹਨਾਂ ਨੇ ਕੁਛ ਸੁਣਿਆ ਹੀ ਨਹੀਂਗਾ, ਬਸ ਉਹ ਕਹਿੰਦੇ ਤੁਹਾਨੂੰ ਨਹੀਂ ਪਤਾ ਇਹਨੇ ਬੰਦਾ ਮਾਰਤਾ ਕਤਲ ਕੀਤਾ ਹੋਇਆ ਅਤੇ ਤਾਂ ਲੈ ਕੇ ਚੱਲੇ ਹਾਂ ਅਤੇ ਹੁਣ ਤਿਹਾੜ ਜੇਲ੍ਹ ਤਾਂ ਜਾਊਗਾ ਹੀ ਜਾਊਗਾ। ਉਦੋਂ ਤੁਸੀਂ ਕੀ ਕਰ ਰਹੇ ਸੀ ਜਦੋਂ ਪੁਲਿਸ ਵਾਲੇ ਆਏ? ਕਿੰਨਾ ਕੁ ਸਮਾਂ ਸੀ ਤੁਸੀਂ ਕੀ ਕਰ ਰਹੇ ਸੀ ਉਦੋਂ? ਇਹ ਆਏ ਸੀ 6 ਵਜੇ, ਅਸੀਂ ਮੈਂ ਵੀ ਧਾਰ ਚੁੱਕ ਕੇ ਲਿਆਈ ਸੀ, ਇਹ ਵੀ ਗੋਹਾ ਚੱਕਦਾ ਸੀ ਡੰਗਰਾਂ ਦਾ ਬਾਹਰ, ਡੰਗ ਮੇਰੇ ਨਾਲੇ ਅੰਦਰ ਆ ਗਿਆ ਅਤੇ ਬਸ ਬਾਹਰ ਫਿਰ ਹੋਰ ਵੀ ਰੱਖੇ ਹੋਏ ਨੇ ਛੋਟੇ ਛੋਟੇ ਛੇਲੇ ਰੱਖੇ ਹੋਏ, ਕੱਖ ਪਾਉਣ ਗਿਆ ਸੀ ਉਦੋਂ ਸਾਡੇ ਜਾਲ ਲੱਗਿਆ ਹੋਇਆ ਚਾਰੇ ਪਾਸੇ, ਉਹਨਾਂ ਨੇ ਦੇਖ ਲਿਆ ਸੀਗਾ ਚਾ ਘੇਰਾ ਪਾ ਲਿਆ ਵੀ ਜਾਲ ਬਾਹਰ ਗੇਟ ਜਾਣ ਨੂੰ ਰਸਤਾ ਹੀ ਨਹੀਂ ਸੀਗਾ, ਮੇਨ ਗੇਟ 'ਤੇ ਦੁਗੜੇ ਸੀਗੇ ਅਤੇ ਮੈਨੂੰ ਤਾਂ ਬਾਹਰ ਜਿਹਾ ਰੌਲਾ, ਇਹ ਜਾ ਕੇ ਜਦੋਂ ਇਹਨੇ ਦੇਖਿਆ ਵੀ ਕੋਈ ਬੰਦੇ ਆ ਗਏ, ਕਿਸੇ ਨੇ ਕਿਹਾ ਵੀ ਪੁਲਿਸ ਆ ਇਹ, ਅਤੇ ਕੰਧ ਟੱਪਣ ਲੱਗਿਆ ਅਤੇ ਉਹਨਾਂ ਨੇ ਉੱਥੇ ਫੜ ਲਿਆ, ਫਿਰ ਸਾਰਿਆਂ ਨੇ ਇਕੱਠੇ ਗੱਡੀ ਸੁੱਟ ਲਿਆ ਅਤੇ ਇਹਨੇ ਬਸ ਜ਼ੋਰ ਸੀ ਹੋਰ ਕਈ ਲਾ ਕੇ ਗੱਡੀ 'ਚ ਖਿੱਚ ਤਾਂ ਬਾਹਰ ਲਿਆਂਦਾ, ਜਦੋਂ ਇਹਨਾਂ ਨੂੰ ਸੱਤੋਂ ਪਤਾ ਲੱਗਿਆ ਮੇਰੀ ਜਿਥਾਣੀ ਧਾਰ 'ਚ ਆਉਂਦੀ ਸੀ, ਇਹਨੇ ਰੁੱਕਾਂ ਮਾਰੀਆਂ, ਉਹ ਆ ਗਈ ਬਾਲਟੀ ਦੁੱਧੀ ਉਹਨਾਂ 'ਤੇ ਪੈ ਗਈ, ਦੁੱਧ ਡੁੱਲਿਆ, ਕੱਪੜੇ ਵੀ ਚੇਂਜ ਕੀਤੇ ਉਹਨਾਂ ਕੱਪੜੇ ਕੋਲ ਸੀਗੇ ਅਤੇ ਫਿਰ ਮੈਂ ਵੀ ਆਈ ਅਤੇ ਮੈਂ ਸਾਡੇ ਹੋਰ 2 ਜਣੇ 4 ਜਣੇ ਖਿੱਚ ਕੇ ਮਤਲਬ ਕਿ ਮੁੰਡਾ ਉਹਨਾਂ ਕੋਲ ਖੋਲਿਆ, ਖੋ ਕੇ ਤਾਂ ਫਿਰ ਅਸੀਂ ਅੰਦਰ ਲਿਆ ਕੇ ਜਿੰਦਾ ਲਾ ਲਿਆ ਅਤੇ ਉਹ ਗੇਟ 'ਤੇ ਸਾਨੂੰ ਬੋਲੀ ਕੇ ਮੂਵੀਆਂ ਬਣਾਈ ਗਏ ਕੰਧ ਉੱਪਰ ਨੂੰ ਸਾਡੀਆਂ ਵੀ ਤੁਹਾਡੇ 'ਤੇ ਪਰਚਾ ਦੇਵਾਂਗੇ, ਵਾ ਪਰ ਉਹ ਪਰ ਜਾਣਾ ਕਹਿੰਦੇ ਹੈ ਨਹੀਂ ਸੀ, ਚਾਹੇ ਰਾਤ ਹੋ ਜਾਵੇ ਲੈ ਕੇ ਤਾਂ ਜਾਣਾ ਹੀ ਜਾਣਾ, ਫਿਰ ਅਸੀਂ ਕੀ ਕਰ ਸਕਦੇ ਸੀ, ਫਿਰ ਮੌਜੂਦਾ ਦੂਜੀ ਬੱਸੀ ਵਾਲੀ ਪੁਲਿਸ TSP ਆਏ ਸੀਗੇ ਅਤੇ ਉਹਨਾਂ ਨੂੰ ਸੌਂਪਿਆ ਸੀ ਬੇਟਾ ਵੀ ਤੁਸੀਂ ਲੈ ਜਾਓ, ਤੁਹਾਨੂੰ ਪਤਾ ਹੀ ਹੈ ਵੀ ਕਿਆ ਸੀ ਉਦੋਂ, ਘਰੇ ਕੌਣ ਕੌਣ ਸੀ ਜਦੋਂ ਪੁਲਿਸ ਵਾਲੇ ਆਏ? ਘਰੇ ਕੌਣ ਕੌਣ ਸੀ? ਤੁਸੀਂ ਸੀ, ਬੇਟਾ ਸੀ ਤੁਹਾਡਾ ਅਤੇ ਹੋਰ ਕੌਣ ਕੌਣ ਸੀ? ਅਤੇ ਮੇਰੀ ਸੱਸ ਸੀ 90 ਸਾਲ ਦੀ, ਹੋਰ ਘਰ ਕੋਈ ਨਹੀਂ ਸੀਗਾ ਅਤੇ ਮੇਰੇ ਹਸਬੈਂਡ ਡਿਊਟੀ 'ਤੇ ਸੀਗੇ। ਤੁਹਾਡੇ ਹਸਬੈਂਡ ਕੀ ਕਰਦੇ ਨੇ? ਉਹ ਪੁਲਿਸ ਨੇ। ਅੱਛਾ, ਤੁਹਾਡੇ ਹਸਬੈਂਡ ਖੁਦ ਪੁਲਿਸ ਵਿੱਚ ਨੇ ਅਤੇ ਮਤਲਬ ਤੁਸੀਂ ਸੁਣਿਆ ਹੋਣਾ ਹੈ ਜਦੋਂ ਪਿਛਲਾ ਦੌਰ ਰਿਹਾ ਇੱਕ ਝੂਠੇ ਪੁਲਿਸ ਮੁਕਾਬਲਿਆਂ ਦਾ ਜਾਂ ਮਾਮਲੇ ਵੀ ਪੁਲਿਸ ਕੁਝ ਪੁਲਿਸ ਮੁਲਾਜ਼ਮਾਂ ਵੱਲੋਂ ਪਾਏ ਜਾਂਦੇ ਰਹੇ ਨੌਜਵਾਨਾਂ 'ਤੇ, ਤੁਸੀਂ ਕਦੇ ਸੋਚਿਆ ਸੀ ਵੀ ਇਹ ਗੱਲ ਜਾਂ ਅਜਿਹੀ ਤੋਹਮਤ ਸਾਡੇ ਮੱਥੇ ਵੀ ਕਦੇ ਲੱਗੇਗੀ? ਕਦੇ ਵੀ ਨਹੀਂ ਸੋਚਿਆ ਸੀ ਕਿ ਸਾਡਾ ਬੇਟਾ ਇਸ ਤਰ੍ਹਾਂ ਦਾ ਹੈ ਨਹੀਂ ਸੀ, ਨਾ ਹੀ ਘਰ 'ਚ ਇਸ ਤਰ੍ਹਾਂ ਦਾ ਮਾਹੌਲ ਸੀਗਾ, ਜਦੋਂ ਜਿਵੇਂ ਉਹ ਕਹਿ ਰਹੇ ਨੇ ਇਹਦੇ ਕੋਲ ਅਸਲਾ ਸੀ ਪਸਤੌਲ, ਸਾਡੇ ਘਰ ਜਦੋਂ ਇਹ ਮੇਰੇ ਹਸਬੈਂਡ ਡਿਊਟੀ ਕਰਦੇ ਆ, ਸਾਡੇ ਕੋਲ ਲਾਇਸੈਂਸੀ ਵੀ ਰਿਵਾਲਵਰ ਵੀ ਨਹੀਂ ਕੋਈ ਹੈਗਾ, ਕੋਈ ਨਾ ਰੱਖਣਾ, ਸਾਰੀ ਜ਼ਿੰਦਗੀ ਰੱਖਣਾ ਵੀ ਨਹੀਂਗਾ, ਸਾਡੇ ਘਰ ਕੋਈ ਚੀਜ਼ ਨਹੀਂ ਹੈਗੀ, ਤਲਾਸ਼ੀ ਲਈ ਉਹਨਾਂ ਨੇ, ਕਹਿੰਦੇ ਬੰਦੇ। ਤੁਸੀਂ ਕੋਸ਼ਿਸ਼ ਕੀਤੀ ਕਹਿਣ ਦੀ ਵੀ ਮੇਰੇ ਬੇਪਤੀ ਖੁਦ ਮੁਲਾਜ਼ਮ ਨੇ, ਤੁਸੀਂ ਕੋਸ਼ਿਸ਼ ਕੀਤੀ ਕਹਿਣ ਦੀ ਉਹਨਾਂ ਨੂੰ ਪੁਲਿਸ ਵਾਲਿਆਂ ਨੂੰ? ਬਹੁਤ ਕਿਹਾ ਜੀ, DSP ਨੂੰ ਵੀ ਕਿਹਾ ਸੀਗਾ ਵੀ ਰੁਕ ਜਾਓ, ਉਹਨਾਂ ਨੂੰ ਆ ਜਾਣ ਦਿਓ, ਸਰਪੰਚ ਨੂੰ ਕਿਹਾ ਵੀ ਬੇਟਾ ਸਵੇਰੇ ਪੇਸ਼ ਕਰਾਂਗੇ, ਵੀ ਰਾਤ ਹੋ ਗਈ 7 ਵੱਜ ਚੁੱਕੇ ਨੇ ਵੀ ਅਸੀਂ ਹੁਣ ਭੇਜ ਨਹੀਂ ਸਕਦੇ, ਅਤੇ ਉਹ ਮੰਨੇ ਹੀ ਨਹੀਂ, ਕਹਿੰਦੇ ਤਾਂ ਫਿਰ ਅੱਟ ਕੇ ਲੈ ਜਾਂਗੇ ਰਾਤ ਨੂੰ, ਜਿੱਦੇ ਜਾਣਾ ਤਾਂ ਹੈਗਾ ਚਾਹੇ ਜੇ ਮਰਜ਼ੀ ਲੈ ਜਾਈਏ, ਫਿਰ ਰੋਕ ਨਹੀਂ ਸਕੇ, ਫਿਰ ਮੈਂ DSP ਨੂੰ ਸੌਂਪ ਦਿੱਤਾ, ਉਹਨਾਂ ਨੇ ਦੇਖਿਆ ਵੀ ਕੁਛ ਹੈ ਨਹੀਂਗਾ ਅਤੇ ਉਹ ਕਹਿੰਦੇ ਕੋਈ ਨਾ ਅਸੀਂ ਕੱਲ੍ਹ ਨੂੰ ਵਾਪਸ ਕਰ ਦਾਂਗੇ ਮੁੰਡਾ, ਮੁੜ ਕੇ ਕੀ ਨਾ ਦੇਣਾ ਸੀ, ਫਿਰ ਇੱਕ ਵਾਰ ਪੁਲਿਸ ਲੈ ਗਈ ਵਾਪਸ ਨਹੀਂ ਆਉਂਦਾ ਹੁੰਦਾ। ਜਦੋਂ ਪੁਲਿਸ ਵਾਲੇ ਲੈ ਗਏ ਉਸ ਤੋਂ ਬਾਅਦ ਤੁਹਾਡੀ ਗੱਲ ਅਗਲੀ ਵਾਰ ਕਦੋਂ ਹੋਈ ਫਿਰ ਇਕਬਾਲ ਦੇ ਨਾਲ? ਇਹਦੇ ਨਾਲ ਤਾਂ ਮੇਰੀ ਗੱਲ ਹੋਈ ਹੈ, ਮੇਰੇ ਖਿਆਲ 8 ਤਰੀਕ ਨੂੰ ਹੋਈ ਹੋਊਗੀ ਜੇ ਹੋਈ ਹੋਈ, ਪਰ ਸਾਡੇ ਕੋਈ ਗੱਲ ਨਹੀਂ ਹੋਈ। 6 ਤਰੀਕ ਨੂੰ ਇਹਦੇ ਡੈਡੀ ਗਏ ਸੀ ਮਿਲਣ ਵਾਸਤੇ, ਪਹਿਲਾਂ ਤਾਂ ਉਹਨਾਂ ਨੇ ਦੱਸਿਆ ਹੀ ਨਹੀਂ, 2 ਦਿਨ ਲੱਭਦੇ ਰਹੇ ਅਸੀਂ, ਤਾਂ ਜਦੋਂ ਫਿਰ ਪਤਾ ਲੱਗਿਆ ਵੀ ਖੰਨੇ ਦੇਖਿਆ ਕਿਸੇ ਨੇ ਅਤੇ ਅਸੀਂ ਗਏ ਇਹ, ਅਤੇ ਇਹਦੇ ਕੋਲੋਂ ਖੜਿਆ ਵੀ ਨਹੀਂ ਜਾ ਸਕਦਾ ਸੀਗਾ, ਅਤੇ ਬਿਲਕੁਲ ਨਹੀਂ ਖੜੇ ਨੇ, ਵੀ ਰੋਇਆ ਪਿੱਟਿਆ ਬਹੁਤ, ਇਹਨੇ ਕਿਹਾ ਆਪਣੇ ਡੈਡੀ ਨੂੰ, ਵੀ ਡੈਡੀ ਇਹਨਾਂ ਨੇ ਉਹਦੇ ਮੂੰਹ 'ਤੇ ਕਿਹਾ ਸੀ SHO ਦੇ ਵੀ ਮੈਨੂੰ ਬਹੁਤ ਕੁੱਟਿਆ ਇਹਨਾਂ ਨੇ, ਬਹੁਤ ਕੁੱਟਿਆ ਮੈਨੂੰ ਤਾਂ ਇਹਨਾਂ ਨੇ, ਅਤੇ ਫਿਰ ਉਹ ਕਹਿੰਦਾ ਨਹੀਂ CI ਸਟਾਫ ਵਾਲੇ ਲੈ ਗਏ ਸੀ, ਉਹ ਕੁੱਟ ਕੇ ਲਿਆਏ ਨੇ ਇਹਨੂੰ, ਕੋਈ ਤਾਂ ਖੜ ਨਹੀਂ ਸੀ ਹੁੰਦਾ ਇਹਦੇ ਕੋਲ, ਵੀ ਇੰਨਾ ਜ਼ਿਆਦਾ ਕੁੱਟਿਆ ਹੋਇਆ ਸੀ ਉਸ ਵਕਤ ਇਹ। ਹੁਣ ਅਸੀਂ ਕਿਆ ਕਰ ਸਕਦੇ ਹਾਂ, ਬਸ ਇੱਕ ਵੀ ਕਹਿ ਸਕਦੇ ਹਾਂ ਮੁੱਖ ਮੰਤਰੀ ਸਾਹਿਬ ਵੀ ਅਰਦਾਸ ਹੀ ਕਰ ਸਕਦੇ ਹਾਂ ਵੀ ਸਾਡੀ ਬੇਨਤੀ ਆ ਵੀ ਸਾਡੇ ਬੱਚਿਆਂ ਨਾਲ ਨਜਾਇਜ਼ ਹੋ ਰਹੀ ਆ ਇਹ, ਵੀ ਜੇ ਇਹਨਾਂ ਨੇ ਖੁੱਲ੍ਹੀ ਛੁੱਟੀ ਦਿੱਤੀ ਹੋਈ ਆ ਪੁਲਿਸ ਨੂੰ ਤਾਂ ਸਾਡੇ ਨਾਲ ਪੁਲਿਸ ਨਜਾਇਜ਼ ਕਰ ਰਹੀ ਆ ਇਹ, ਵੀ ਰੋਕਿਆ ਜਾਵੇ ਪੁਲਿਸ ਨੂੰ, ਕਿਹਾ ਜਾਵੇ ਜੋ ਗੁਨੇਗਾਰ ਉਹ ਫੜਿਆ ਜਾਵੇ, ਨਾ ਕਿ ਨਜਾਇਜ਼ ਚੱਕੇ ਜਾਣ ਇਹ, ਕੰਮ ਕੋਈ ਹੋਰ ਕਰਦਾ ਬੱਚੇ ਉਈਆਂ ਜਾਈ ਅੰਦਰ ਸਾਡੇ ਤਾਂ ਉਈਆਂ ਚਲੇ ਗਏ। ਮਤਲਬ ਤੁਹਾਨੂੰ ਲੱਗਦਾ ਵੀ ਜਦੋਂ ਪਹਿਲਾਂ ਵੀ ਜਿਹਦੇ ਹੁਣ ਵੀ ਕਈ ਪੁਲਿਸ ਵਾਲਿਆਂ 'ਤੇ ਖਿਲਾਫ਼ ਕਾਰਵਾਈ ਵੀ ਹੋਈ ਹੈ, ਵੀ ਤੁਹਾਨੂੰ ਲੱਗਦਾ ਵੀ ਹਾਂ ਵਾਕਈ ਪੁਲਿਸ ਵਾਲੇ ਕੁਝ ਪੁਲਿਸ ਵਾਲੇ ਜਿਹੜੇ ਨੇ ਉਹ ਨਜਾਇਜ਼ ਕਰਦੇ ਨੇ, ਜਿਵੇਂ
तपस करूगी इन्हों का। बस एक यही आ भी साडा बच्चा क्या सब दे एक बच्चे ने साढ़े कड़ा कल्या ही आ बस रब बस कैप्टन साहब ने यही बेनती है साढ़े बच्चे बचा के रखे मेरा पुलिस तो बचावे जो कार्रवाई इन्हें बनती है वह की जाए क्योंकि जो कुछ हो जाता है तो पुलिस उन्होंने मिनट जी परचा दी है जो पुलिस वाले करता उन्हें तो क्यों नहीं परचा होंगे उन्होंने भी दिता जाए परचा यह जो साढ़े बच्चे उन्होंने कुटिया मारिया उन्होंने क्या बनिया उन्होंने तो सस्पेंड करता पुलिस उन्होंने कचहरी उन्होंने सब कुछ उन्होंने दोबारा वापस फिर रख लेने ड्यूटी से वो ड्यूटी तो दोबारा रखे उन्होंने परचे दते जा गडे जा ड्यूटी तो भी बस ही तड़फ दिया उन्होंने बच्चे भी तड़फड़ फिर बस ही तड़फ दिया बच्चे मिलो एक माँ का दर्द है तुम देख सकते हो माँ दिया अखा के हंझू है जो बयान कर रहे हैं कि हालांकि खुद इन्हों के पति जो ने वह पुलिस मुलाजम ने पर यह मान रही ने कि वाकई पुलिस वधीकियां भी करती है तो झूठे पुलिस मुकाबले भी बनाती है। इकबाल जदों तुहानू पुलिस ने चक्या या तुहाडे नाल कुटमार तशद्दुद हो रही सी तुहाडे नाल या तुहाडा नाम किसी होरां दे नाल जोड़िया गया जिन्हां नाल जोड़िया गया तुसीं जानदे हो मुंडे कौन ने? नहीं मेरा नाम ही पंचकूले का कोई परमजीत सिंह दे नाम ते जोड़िया कहिंदे वी उह तों तूं तैनू फंडिंग होई आ ਉਹ ਕੋਈ ਅੱਤਵਾਦੀ ਮੈਨੂੰ ਨਹੀਂ ਪਤਾ ਮੈਂ ਨਾਮ ਹੀ ਨਹੀਂ ਸੁਣਿਆ ਜੀ ਪਹਿਲੀ ਗੱਲ ਉਹ ਕਾਗਜ਼ਾਂ ਦੇ ਵਿੱਚ ਹੀ ਪੜਿਆ ਅਤੇ ਮਤਲਬ ਹੋਰ ਤਿਹਾੜ ਦੇ ਵਿੱਚ ਨਾਮ ਜੋੜੀ ਗਏ ਕਹਿੰਦੇ ਵੀ ਕੋਈ ਮਤਲਬ ਉੱਦਾਂ ਹੀ ਜੋ ਬਾਹਰ ਅੱਤਵਾਦੀ ਜਿਵੇਂ ਪੁਰਾਣੇ ਐਵੇਂ ਬਿਲਕੁਲ ਤੁਸੀਂ ਉਹਨਾਂ ਵਿੱਚੋਂ ਕਿਸੇ ਨੂੰ ਨਹੀਂ ਜਾਣਦੇ? ਨਹੀਂ ਨਹੀਂ ਯਾਰ ਬਿਲਕੁਲ ਕਿਸੇ ਨੂੰ ਨਹੀਂ ਜਾਣਦੇ ਜੋ ਤਾਂ ਇਹ ਸੀ ਉਸ ਨੌਜਵਾਨ ਦੀ ਅਤੇ ਉਸਦੀ ਮਾਤਾ ਜੀ ਦੀ ਹੱਡ ਬੀਤੀ। ਵਕੀਲ ਸਾਹਿਬ ਹੁਣ ਇਸੇ ਮਹੰਤ ਦੀ ਗ੍ਰਿਫਤਾਰੀ ਹੋਈ ਹੈ ਉਹ ਕਿਸ ਮਾਮਲੇ 'ਚ ਹੋਈ ਹੈ? ਇਹ ਉਸੇ ਮਾਮਲੇ ਦੇ ਦੌਰਾਨ ਹੀ ਇਹਦੀ ਗ੍ਰਿਫਤਾਰੀ ਹੋਈ ਹੈ ਜਿਹੜਾ ਕੰਪਲੇਨੈਂਟ ਸੀ ਉਹਦੀ ਹੀ ਗ੍ਰਿਫਤਾਰੀ ਕੀਤੀ। ਇੱਕ ਮਿੰਟ ਮਤਲਬ ਜਿਸ ਮਾਮਲੇ ਦੇ ਤਹਿਤ ਜਾਂ ਜਿਸ ਹਮਲੇ ਦੇ ਤਹਿਤ ਇਸਨੇ ਕੰਪਲੇਂਟ ਕੀਤੀ ਸੀ ਪੁਲਿਸ ਵਿੱਚ ਮਾਰਚ 2020 ਨੂੰ ਬਤੌਰ ਸ਼ਿਕਾਇਤਕਰਤਾ ਬਣ ਕੇ ਕਿ ਮੇਰੇ 'ਤੇ ਹਮਲਾ ਹੋਇਆ, ਉਸੇ ਮਾਮਲੇ 'ਚ ਸ਼ਿਕਾਇਤਕਰਤਾ ਦੀ ਗ੍ਰਿਫਤਾਰੀ ਹੋ ਗਈ? ਬਿਲਕੁਲ ਜੀ, ਇਹ ਮਾਮਲਾ ਝੂਠਾ ਪਾਇਆ ਗਿਆ ਅਤੇ ਕਸ਼ਮੀਰ ਮਹੰਤ ਹੈ ਜਿਹੜਾ ਉਹਨੇ ਆਪਣੇ ਬੇਟੇ ਤੋਂ ਅਤੇ ਇੱਕ ਹੋਰ ਉਹਨਾਂ ਦੇ ਕੋਈ ਜਿਹੜਾ ਰਿਸ਼ਤੇਦਾਰ ਹੈਗਾ ਜਿਹੜਾ ਨੌਜਵਾਨ ਹੈ ਉਹਨਾਂ ਨਾਲ ਮਿਲ ਕੇ ਇੱਕ ਸਾਜ਼ਿਸ਼ ਰਚੀ ਗਈ ਸੀ ਅਤੇ ਇਹਨਾਂ ਨੇ ਆਪ ਹੀ ਖੁਦ ਹੀ ਆਪਣੇ 'ਤੇ ਹਮਲਾ ਕਰਵਾਇਆ ਸੀ। ਅਤੇ ਇਸ ਬਾਬਤ ਕਿਸੇ ਨੌਜਵਾਨ ਨੇ ਕਿਹਾ ਵੀ ਹੈ ਵੀ ਹਾਂਜੀ ਸਾਨੂੰ ਪੈਸੇ ਦਿੱਤੇ ਹੈ ਜਾਂ ਇਨਵੋਲਵਮੈਂਟ ਸੀ ਸਾਡੀ ਜਾਂ ਖੁਦ ਮਹੰਤ ਕਸ਼ਮੀਰ ਗਿਰੀ ਨੇ ਇਹ ਹਮਲਾ ਕਰਵਾਇਆ ਆਪਣੇ ਉੱਤੇ? ਬਿਲਕੁਲ, ਇਹਨਾਂ ਦਾ ਇੱਕ ਰਿਸ਼ਤੇਦਾਰ ਹੈ ਜਸਵਿੰਦਰ ਸਿੰਘ, ਜਦ ਪੁਲਿਸ ਨੇ ਉਹਦੀ ਅਰੈਸਟ ਪਾਈ ਇਹ ਉਹਨੇ ਡਿਸਕਲੋਜਰ ਸਟੇਟਮੈਂਟ 'ਚ ਆਪਣੇ 'ਚ ਕਿਹਾ। ਅਤੇ ਮਤਲਬ ਕਿ ਇਹਦਾ ਖੇਡ ਸਾਰੀ ਪੁੱਠੀ ਪੈ ਗਈ ਮਹੰਤ ਸਾਹਿਬ 'ਤੇ? ਬਿਲਕੁਲ, ਇਹ ਜੋ ਕਸ਼ਮੀਰੀ ਮਹੰਤ ਨੇ ਜਿਹੜੇ ਕਸ਼ਮੀਰ ਮਹੰਤ ਨੇ, ਕਸ਼ਮੀਰ ਗਿਰੀ ਬੇਸਿਕਲੀ ਨਾਮ ਹੈ ਇਹਨਾਂ ਦਾ, ਅਤੇ ਆਪਣੇ ਆਪ ਨੂੰ ਪਟੈਂਡ ਕਰਦੇ ਨੇ ਕਿ ਇਹ ਸ਼ਿਵ ਸੈਨਾ ਦੇ ਆਗੂ ਵੀ ਨੇ, ਮੰਤਰੀ ਨੇ, ਅਤੇ ਇਹਨਾਂ ਦੀ ਜਿਹੜੀ ਸਾਜ਼ਿਸ਼ ਰਚੀ ਗਈ ਉਹ ਪੂਰੀ ਹੁਣ ਓਪਨ ਹੋ ਚੁੱਕੀ ਹੈ। ਉਹਦੇ ਖੁਲਾਸੇ 'ਚ ਆਇਆ ਕਿ ਜਿਹੜਾ ਇਹਨਾਂ ਨੇ ਸਾਰਾ ਇਹ ਜਿਹੜੀ ਫਾਇਰਿੰਗ ਇੰਸੀਡੈਂਟ ਸੀਗਾ ਉਹ ਇਹਨਾਂ ਨੇ ਆਪਣੇ ਆਪ 'ਤੇ ਖੁਦ ਕਰਵਾਇਆ ਗਿਆ, ਆਪਣੇ ਬੇਟੇ ਨਾਲ ਮਿਲ ਕੇ ਕਰਵਾਇਆ ਗਿਆ। ਇੱਦਾਂ ਤਾਂ ਫਿਰ ਮਤਲਬ ਕਿ ਪੰਜਾਬ ਦੇ ਵਿੱਚ ਕਈ ਲੋਕਾਂ ਨੇ ਸਿਕਿਉਰਿਟੀਆਂ ਜਿਹੜੀਆਂ ਲਈਆਂ ਹੋਈਆਂ ਨੇ, ਕਈਆਂ ਨੇ ਤਾਂ ਝੂਠੀ ਸ਼ਾਨ ਦੇ ਲਈ ਲਈਆਂ ਨੇ, ਕਈਆਂ ਨੇ ਫੌਕੀ ਟੋਰ ਦੇ ਲਈਆਂ ਨੇ, ਤਾਂ ਤੁਹਾਨੂੰ ਲੱਗਦਾ ਨਹੀਂ ਉਹ ਰਿਵਿਊ ਹੋਣੀਆਂ ਚਾਹੀਦੀਆਂ ਜਾਂ ਉਹਨਾਂ ਨੇ ਕਿਸ ਬੇਸ 'ਤੇ ਕਿਸ ਆਧਾਰ 'ਤੇ ਉਹ ਸਿਕਿਉਰਿਟੀ ਲਈ ਹੈ ਉਸਦਾ ਵੀ ਰਿਵਿਊ ਹੋਣਾ ਚਾਹੀਦਾ? ਹੁਣ ਬਿਲਕੁਲ ਸਿਕਿਉਰਿਟੀ ਦਾ ਪੂਰਾ ਰਿਵਿਊ ਹੋਣਾ ਚਾਹੀਦਾ ਹੈ, ਪੂਰਾ ਇਹਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ, ਜਿਹੜੇ ਤੁਸੀਂ ਫਾਲਸ ਐਵੀਡੈਂਸ ਕੋਰਟ 'ਚ ਪ੍ਰੋਡਿਊਸ ਕੀਤੇ ਹੈ ਉਹਨਾਂ ਦੇ ਖਿਲਾਫ਼ ਵੀ FIR ਦਰਜ ਹੋਣੀ ਚਾਹੀਦੀ ਹੈ। ਅਤੇ ਕੀ ਤੁਸੀਂ ਹੁਣ ਉਹਨਾਂ ਪੁਲਿਸ ਵਾਲਿਆਂ ਦੇ ਖਿਲਾਫ਼ ਵੀ ਕੋਈ ਅੱਗੇ ਮਾਨਯੋਗ ਅਦਾਲਤ ਦੇ ਵਿੱਚ ਕੋਈ ਪਟੀਸ਼ਨ ਪਾਓਗੇ ਜਿਨ੍ਹਾਂ ਨੇ ਰਿਮਾਂਡ ਵੀ ਲਿਆ ਜੋ ਕਹਿੰਦੇ ਅਸੀਂ ਉੱਤਰ ਪ੍ਰਦੇਸ਼ ਲੈ ਕੇ ਗਏ ਹਾਂ, ਇਹਨੂੰ ਸਹਾਰਨਪੁਰ ਲੈ ਕੇ ਗਏ ਹਾਂ, ਇੱਕ ਪਿਸਟਲ ਜਾਂ ਫਿਰ ਦੇਸੀ ਕੱਟਾ ਅਤੇ 20 ਕਾਰਤੂਸ ਇਹ ਮੰਨਿਆ ਹੈ, ਉਹ ਸਾਰਾ ਕੁਝ ਮਨਵਾਇਆ ਕਿਵੇਂ ਗਿਆ ਹੈ, ਉਹ ਸਾਰਾ ਕੁਝ ਵੀ ਤੁਸੀਂ ਹੁਣ ਮਾਨਯੋਗ ਅਦਾਲਤ ਦੇ ਸਾਹਮਣੇ ਰੱਖੋਗੇ? ਬਿਲਕੁਲ, ਅਦਾਲਤ ਦੇ ਸਾਹਮਣੇ ਰੱਖਾਂਗੇ ਮਾਨਯੋਗ ਅਦਾਲਤ ਫੈਸਲਾ ਵੀ ਇਹਦੇ 'ਤੇ, ਮਤਲਬ ਇਹਦੀ ਪੂਰੀ ਪੋਸੀਬਿਲਿਟੀ ਹੈ ਕਿ ਇਹਨਾਂ ਦੇ ਖਿਲਾਫ਼ ਹੀ ਜਾਏਗੀ, ਪੁਲਿਸ ਦੇ ਖਿਲਾਫ਼ ਜਾਏਗੀ ਸਾਰਾ ਜਿਹੜਾ ਮਾਮਲਾ ਹੈ। ਕੰਪਲੇਂਟ ਦੇ ਖਿਲਾਫ਼ ਤਾਂ ਹੋ ਹੀ ਚੁੱਕਿਆ, ਉਹਦੀ ਅਰੈਸਟ ਵੀ ਪਾਈ ਗਈ ਹੈ। ਬੇਸਿਕਲੀ ਤੁਸੀਂ ਇਹ ਦੇਖੋ ਜਿਹੜਾ ਇੱਕ ਨੌਜਵਾਨ ਹੈ ਉਹਦੀ ਲਾਈਫ ਕਿੱਦਾਂ ਤਹਿਸ ਨਹਿਸ ਕਰ ਦਿੱਤੀ ਗਈ, ਉਹਦੇ 'ਤੇ ਹੋਰ ਵੀ ਕਾਫੀ ਝੂਠੇ ਮੁਕੱਦਮੇ ਪਾਏ ਗਏ, ਅਤੇ ਹੁਣ ਬੇਸਿਕਲੀ ਦੇਖਣ ਵਾਲੀ ਇਹ ਗੱਲ ਹੈ ਹੁਣ ਉਹ ਨੌਜਵਾਨ ਨੂੰ ਜਿਹੜੇ ਉਹਦੇ ਮਾਂ ਪਿਓ ਨੇ ਉਹਨਾਂ ਨੇ ਬੇਦਖਲ ਵੀ ਕਰ ਦਿੱਤਾ ਕਰੋ। ਬੜੀ ਹੈਰਾਨੀ ਵਾਲੀ ਗੱਲ ਹੈ, ਸਾਡੇ ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ ਐਡਵੋਕੇਟ ਰਮਨਦੀਪ ਸਿੰਘ ਗਿੱਲ। ਲੇਕਿਨ ਬੜੀ ਵੱਡੀ ਗੱਲ ਹੈ ਵੀ ਮਾਰਚ 2020 ਨੂੰ ਜਿਸ ਮਹੰਤ ਕਸ਼ਮੀਰ ਗਿਰੀ ਨੇ ਇੱਕ ਕੰਪਲੇਂਟ ਦਿੱਤੀ, ਸ਼ਿਕਾਇਤ ਦਿੱਤੀ ਪੁਲਿਸ ਦੇ ਵਿੱਚ ਕਿ ਮੇਰੇ 'ਤੇ ਕਿਸੇ ਨੇ ਜਾਨਲੇਵਾ ਹਮਲਾ ਕੀਤਾ ਜੀ, ਗੋਲੀਆਂ ਮਾਰੀਆਂ ਗਈਆਂ ਨੇ, ਅਤੇ ਤਕਰੀਬਨ ਪੂਰੇ 1 ਸਾਲ ਦੇ ਬਾਅਦ ਉਸੇ ਸ਼ਿਕਾਇਤ ਦੇ ਵਿੱਚ ਉਸੇ ਮਹੰਤ ਨੂੰ ਜੋ ਸ਼ਿਕਾਇਤ ਕਰਤਾ ਸੀ ਉਸਨੂੰ ਹੁਣ ਗ੍ਰਿਫਤਾਰ ਕੀਤਾ ਗਿਆ, ਕਿਉਂਕਿ ਮਾਮਲਾ ਨਿਕਲ ਕੇ ਸਾਹਮਣੇ ਇਹ ਆਇਆ ਕਿ ਫੋਕੀ ਸ਼ਾਨ ਦੇ ਲਈ, ਫੋਕੀ ਟੌਰ ਦੇ ਲਈ, ਆਪਣੀ ਸਿਕਿਉਰਿਟੀ ਵਧਾਉਣ ਦੇ ਲਈ ਉਸ ਮਹੰਤ ਕਸ਼ਮੀਰ ਗਿਰੀ ਨੇ ਆਪਣੇ ਉੱਤੇ ਖੁਦ ਹੀ ਇੱਕ ਝੂਠਾ ਹਮਲਾ ਕਰਵਾਇਆ ਸੀ ਅਤੇ ਫਸਾਇਆ ਇੱਕ ਨੌਜਵਾਨ ਨੂੰ ਗਿਆ ਜਿਸਦਾ ਪਿਤਾ ਖੁਦ ਇੱਕ ਪੁਲਿਸ ਮੁਲਾਜ਼ਮ ਹੈ। ਕੀ ਅਜਿਹੇ ਲੋਕਾਂ ਦੀ ਸਿਕਿਉਰਿਟੀ ਰਿਵਿਊ ਕੀਤੀ ਜਾਵੇਗੀ? ਇਹ ਬੜਾ ਵੱਡਾ ਸਵਾਲ ਹੈ, ਕਿਉਂਕਿ ਇਹ ਤਾਂ ਇੱਕ ਮਾਮਲਾ ਸਾਹਮਣੇ ਆਇਆ ਹੈ, ਬਾਕੀਆਂ ਨੇ ਜੋ ਸਿਕਿਉਰਿਟੀਆਂ ਰੱਖੀਆਂ ਨੇ ਉਹ ਕਿਸ ਆਧਾਰ 'ਤੇ ਰੱਖੀਆਂ ਨੇ, ਕਿਉਂ ਰੱਖੀਆਂ ਨੇ, ਉਦੋਂ ਸ਼ਿਕਾਇਤ ਕੀ ਕੀਤੀ ਗਈ ਸੀ? ਹੁਣ ਮੇਰੇ ਖਿਆਲ ਦੇ ਵਿੱਚ ਉਸਦੀ ਪੜਤਾਲ ਹੋਣੀ ਵੀ ਜ਼ਰੂਰੀ ਹੈ। ਅਤੇ ਦੂਜੇ ਪਾਸੇ
पुलिस महकमे के जिहड़ियां कालियां भेड़ां ने जो अजिहे लोकां दा साथ दे रहियां ने उन्हां दी पछाण करके उन्हां ते भी सख्त कार्रवाई की जानी चाहीदी है। कैमरा पर्सन मनोज दे नाल ठाकुर अमनदीप सिंह दे खबरसार मोहाली।